ਦੋਸਤੋ ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਦੇ ਅਜੋਕੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਦੀ ਅਖਬਾਰ ਪੜਨ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਰਹੀ ਅਸੀਂ ਆਪਣੀ ਦਰਸ਼ਕਾਂ ਖਾਤਰ ਅਖਬਾਰ ਪੜਨ ਦਾ ਕੰਮ ਆਰੰਭ ਕੀਤਾ ਹੈ ਅਸੀਂ ਪੰਜਾਬੀ ਦੇ ਕੁਝ ਚੋਣਵੇਂ ਅਖਬਾਰ ਪੜ ਕੇ ਅਖਬਾਰਾਂ ਦੀਆਂ ਸੰਪਾਦਕੀ ਦਾ ਨਿਚੋੜ ਤੁਹਾਡੇ ਸਾਹਮਣੇ ਰੱਖਣ ਦਾ ਹਵਾਲਾ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਜ਼ਰੂਰ ਪਸੰਦ ਕਰੋਗੇ ਇਸ ਹਫਤੇ ਵੱਡਾ ਮੁੱਦਾ ਭਾਰਤ ਅਤੇ ਕੈਨੇਡਾ ਦੇ ਕੂਟਨੀਤਿਕ ਸਬੰਧਾਂ ਬਾਰੇ ਰਿਹਾ ਪਰ ਇਸ ਬਾਰੇ ਟਿੱਪਣੀਆਂ ਸਿਰਫ ਪੰਜਾਬੀ ਟਰਬਿਊਨ ਅਤੇ ਅਜੀਤ ਨੇ ਕੀਤੀਆਂ ਹਨ ਪੰਜਾਬੀ ਟਰਬਿਊਨ ਨੇ ਸਗੋਂ ਅਮਰੀਕਾ ਤੇ ਭਾਰਤ ਵਿਚਾਲੇ ਚੱਲ ਰਹੀ ਰੱਸਾ ਕੱਸੀ ਦਾ ਨੋਟਿਸ ਵੀ ਲਿਆ ਹੈ ਭਾਰਤੀ ਮੀਡੀਆ ਨੇ ਭਾਰਤ ਅਤੇ ਕੈਨੇਡਾ ਵੱਲੋਂ ਆਪੋ ਆਪਣੇ ਸਫੀਰ ਬੁਲਾਉਣ ਦੇ ਕੋਣ ਤੋਂ ਰਿਪੋਰਟਾਂ ਅਨੁਸ਼ਣ ਕੀਤੀਆਂ ਹਨ ਜਦਕਿ ਅਸਲੀਅਤ ਇਹ ਹੈ ਕਿ ਕੈਨੇਡਾ ਨੇ ਭਾਰਤ ਦੇ ਸਫੀਰ ਆਪਣੇ ਮੁਲਕ ਵਿੱਚੋਂ ਕੱਢੇ ਹਨ ਪੰਜਾਬੀ ਟ੍ਰਿਬਿਊਨ ਨੇ ਭਾਰਤ ਕੈਨੇਡਾ ਵਿਵਾਦ ਸਰਲੇਖ ਤਹਿਤ ਟਿੱਪਣੀ ਕਰਦੇ ਇਸ ਨੂੰ ਕੂਟਨੀਤਿਕ ਗੜਤਨ ਦੀ ਸਿਖਰ ਆਖਿਆ ਹੈ ਇਹ ਮਸਲਾ ਜੂਨ 2023 ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਕੈਨੇਡਾ ਵਿੱਚ ਹੋਈ ਹੱਤਿਆ ਨਾਲ ਜੁੜਿਆ ਹੋਇਆ ਹੈ ਪੰਜਾਬੀ ਟ੍ਰਿਬਿਊਨ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰੰਗ ਫਿੱਕੇ ਪੈਣ ਵਾਲੀ ਗੱਲ ਅਸਲ ਵਿੱਚ ਭਾਰਤ ਸਰਕਾਰ ਦੀ ਪਹੁੰਚ ਨਾਲ ਮਿਲਦੀ ਜੁਲਦੀ ਹੈ ਉਥੋਂ ਦੇ ਹਾਲਾਤ ਮੁਤਾਬਕ ਟਰੂਡੋ ਦੀ ਪਪੂਲਾਰਿਟੀ ਭਾਅ ਮਕਬੂਲੀਅਤ ਨਿਵਾਣਾ ਕਿਉ ਰਹੀ ਹੈ ਤੇ ਅਗਲੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਉਸਦੀ ਪਾਰਟੀ ਉਸ ਨੂੰ ਬਤੌਰ ਆਗੂ ਬਦਲਣ ਬਾਰੇ ਵੀ ਗੰਭੀਰਤਾ ਨਾਲ ਸੋਚ ਵਿਚਾਰ ਕਰ ਰਹੀ ਹੈ ਪਰ ਪੰਜਾਬੀ ਟਰਬਿਊਨ ਨੇ ਜਿਸ ਤਰ੍ਹਾਂ ਇਸ ਨੂੰ ਸਿੱਖਾਂ ਦੀਆਂ ਵੋਟਾਂ ਨਾਲ ਜੋੜਨ ਦਾ ਯਤਨ ਕੀਤਾ ਉਹ ਪੱਖ ਸੱਚਾਈ ਤੋਂ ਕੋਹਾਂ ਦੂਰ ਹੈ ਉਥੇ ਸਿੱਖਾਂ ਜਾਂ ਪੰਜਾਬੀਆਂ ਦੀਆਂ ਵੋਟਾਂ ਦਾ ਕੁਝ ਇਲਾਕਿਆਂ ਅੰਦਰ ਅਸਰ ਜ਼ਰੂਰ ਹੈ ਪਰ ਇਹ ਨਹੀਂ ਕਿ ਇਹ ਉਥੋਂ ਦੀ ਕੌਮੀ ਸਿਆਸਤ ਵਿੱਚ ਕੋਈ ਫਰਕ ਪਾ ਸਕਣ ਅਜੀਤ ਨੇ ਭਾਰਤ ਤੇ ਕੈਨੇਡਾ ਦੇ ਤਿਰਕ ਦੇ ਸਬੰਧ ਸਰਲੇਖੇਟ ਇਸ ਨੂੰ ਭਾਰਤ ਲਈ ਕਮਾਂਤਰੀ ਚੁਣੌਤੀ ਘੜਾ ਦਿੱਤਾ ਤੇ ਸਲਾਹ ਦਿੱਤੀ ਹੈ ਕਿ ਸੱਜਦੀ ਕੂਟਨੀਤੀ ਹੀ ਕੋਈ ਹੱਲ ਕਰ ਸਕਦੀ ਹੈ ਇਸੇ ਤਰ੍ਹਾਂ ਦੀ ਘੜਤਨ ਭਾਰਤ ਅਤੇ ਅਮਰੀਕਾ ਵਿਚਕਾਰ ਵੀ ਸਾਹਮਣੇ ਆਈ ਹੈ ਜਿਸ ਬਾਰੇ ਟਿੱਪਣੀ ਸਿਰਫ ਪੰਜਾਬੀ ਟ੍ਰਿਬਿਊਨ ਵੱਲੋਂ ਆਈ ਹੈ ਆਪਣੇ ਸੰਪਾਦਕੀ ਵਿਕਾਸ ਜਯਦਵ ਦੀ ਬਰਤarafੀ ਵਿਚ ਅਖਬਾਰ ਲਿਖਦਾ ਹੈ ਕਿ ਭਾਰਤ ਨੇ ਭਾਵੇਂ ਗੁਰਪਤਵੰਤ ਸਿੰਘ ਪੰਨੂ ਨੂੰ ਰੈਸ਼ਰਗਰਦ ਹਲਾਣਿਆ ਹੋਇਆ ਪਰ ਅਮਰੀਕਾ ਥੋੜੀ ਕਿਤੇ ਦਖਲ برداشت ਨਹੀਂ ਕਰਦਾ ਅਖਬਾਰ ਇਹ ਦੱਸਣ ਵਿੱਚ ਖੁੰਝ ਗਿਆ ਜਾਪਦਾ ਹੈ ਕਿ ਦੂਜੇ ਦੇਸ਼ਾਂ ਵਿੱਚ ਸਭ ਤੋਂ ਵੱਧ ਦਖਲ ਤਾਂ ਅਮਰੀਕਾ ਹੀ ਦਿੰਦਾ ਰਿਹਾ ਹੈ ਇਸ ਵਕਤ ਚੱਲ ਰਹੀਆਂ ਦੋ جنگਾਂ ਨਾਲ ਅਮਰੀਕਾ ਦਾ ਸਿੱਧਾ ਸੰਬੰਧ ਹੈ ਅਤੇ ਇਸ ਨੇ ਅਫਗਾਨਿਸਤਾਨ ਸੀਰੀਆ ਲਿਬੀਆ ਤੇ ਹੋਰ ਥਾਈਂ ਜੋ ਕੁਝ ਕੀਤਾ ਹੁਣ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਇਹ ਤੱਤ रिकॉर्डते ਹਨ ਕਿ 1991 ਤੋਂ 2022 ਤੱਕ ਅਮਰੀਕਾ ਨੇ ਹੋਰ ਦੇਸ਼ਾਂ ਵਿੱਚ 251 ਵਾਰ ਫੌਜੀ ਕਾਰਵਾਈਆਂ ਕੀਤੀਆਂ ਨਵਾਂ ਜ਼ਮਾਨਾ ਤੇ ਜਗਬਾਨੀ ਨੇ ਇਸ ਮਸਲੇ ਬਾਰੇ ਟਿੱਪਣੀ ਕਰਨੀ ਵੀ ਯੋਗ ਨਹੀਂ ਸਮਝੀ ਦੂਜਾ ਹੈ ਮਸਲਾ ਕਿਸਾਨੀ ਨਾਲ ਜੁੜਿਆ ਹੋਇਆ ਅਜੀਤ ਨੇ ਕਿਸਾਨ ਵਰਗ ਦੀ ਵਿਚਾਨੀ ਤਹਿਤ ਛੋਨੇ ਦੇ ਮੰਡੀਕਰਨ ਵਿੱਚ ਆਈਆਂ ਔਕੜਾਂ ਦਾ ਖਲਸਾ ਕੀਤਾ ਪਰ ਇਸ ਦਾ ਭੰਡਾ ਇਹ ਹੈ ਕਿ ਪੰਜਾਬ ਸਰਕਾਰ ਸਿਰ ਭੰਡਿਤ ਕਿ ਪੰਜਾਬ ਸਰਕਾਰ ਨੇ ਵੇਲੇ ਸਰ ਕੇਂਦਰ ਸਰਕਾਰ ਨਾਲ ਰਾਪਟਨੀ ਬਣਾਇਆ ਇਸ ਬਾਰੇ ਪੰਜਾਬੀ ਟ੍ਰਿਬਿਊਨ ਦੀ ਟਿੱਪਣੀ ਭਾਵੇਂ ਬਹੁਤ ਪਛੜ ਕੇ ਆਈ ਹੈ ਪਰ ਨਿਤਾਰ ਕੇ ਲਿਖਿਆ ਹੈ ਅਤੇ ਕੇਂਦਰ ਤੇ ਰਾਜ ਸਰਕਾਰ ਦੋਹਾਂ ਦੀ ਨਲਾਇਕੀ ਤੇ ਉਂਗਲ ਰੱਖੀ ਹੈ ਨਾਲ ਇਹ ਚੋਭੀ ਲਾਈ ਹੈ ਕਿ ਜਿੰਸਾਂ ਦੀ ਖਰੀਦ ਨਾਲ ਜੁੜੇ ਮਸਲੇ ਹੱਲ ਕਰਨ ਵੱਲ ਕੋਈ ਰੁਚੀ ਨਹੀਂ ਦਿਖਾਈ ਜਾ ਰਹੀ ਇਸ ਦੇ ਨਾਲ ਜੁੜਿਆ ਮਸਲਾ ਪ੍ਰਾਲੀ ਨੂਨ ਜਿੱਠਣ ਦਾ ਹੈ ਇਸ ਬਾਰੇ ਟਿੱਪਣੀ ਸਿਰਫ ਪੰਜਾਬੀ ਟ੍ਰਿਬਿਊਨ ਨੇ ਕੀਤੀ ਹੈ ਇਹ ਦੋਵੇਂ ਸੰਪਾਦਕੀ ਪੰਜਾਬੀ ਟ੍ਰਿਬਿਊਨ ਦੇ ਆਪਣੇ ਹਨ ਅਤੇ ਪੰਜਾਬ ਨਾਲ ਸਬੰਧ ਹਨ ਨਹੀਂ ਤਾਂ ਬਾਕੀ ਸਾਰੇ ਸੰਪਾਦਕੀ ਅੰਗਰੇਜ਼ੀ ਟਰਬਿਨ ਦੇ ਸੰਪਾਦਕੀ ਦਾ ਹੂਬ ਹੂਬ ਉਤਾਰਾ ਹੁੰਦੇ ਨੇ ਇਸ ਤਰ੍ਹਾਂ ਦਾ ਇੱਕ ਹੋਰ ਸੰਪਾਦਕੀ ਸਿੱਖ ਸੰਸਥਾਵਾਦੀ ਰਾਖੀ ਵੀ ਇਸ ਦਾ ਆਪਣਾ ਹੈ ਜਿਹੜਾ ਅਕਾਲੀ ਸਿਆਸਤ ਅਤੇ ਸਿੱਖ ਸੰਸਥਾਵਾ ਵਿੱਚ ਹੋ ਰਹੀ ਉਥਲ ਪੁਥਲਬਾਰੀ ਹੈ ਇਸ ਮਸਲੇ ਬਾਰੇ ਹੋਰ ਅਖਬਾਰਾਂ ਬਿਲਕੁਲ ਖਾਮੋਸ਼ ਹਨ ਗਿਆਨੀ ਹਰਪ੍ਰੀਤ ਸਿੰਘ ਦੇ ਜਥੇਦਾਰੀ ਤੋਂ ਅਸਤੀਫੇ ਨਾਲ ਅਕਾਲੀ ਦਲ ਦਾ ਸੰਕਟ ਹੋਰ ਡੂੰਗਾ ਹੋ ਗਿਆ ਪੰਜਾਬੀ ਟ੍ਰਿਬਿਊਨ ਨੇ ਇਹ ਤੱਥ ਰਿਕਾਰਡ ਤੇ ਲਿਆਉਣ ਦਾ ਯਤਨ ਕੀਤਾ ਹੈ ਕਿ ਬਿਰਸਤ ਸਿੰਘ ਬਲਟੋਆ ਦੀ ਲਗਾਤਾਰ ਬਿਆਨਬਾਜ਼ੀ ਫਿਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਥਾਪੜੇ ਤੋਂ ਬਿਨਾ ਸੰਭਵ ਨਹੀਂ ਜਾਂਦਾ ਹੈ ਅਕਾਲੀ ਲੀਡਰਸ਼ਿਪ ਤੇਲ ਦੀ ਧਾਰ ਦੇ ਖਰੀਏ ਕਿਉਂਕਿ ਕੰਸਵਾ ਇਹ ਵੀ ਹਨ ਕਿ ਹੁਣ ਸੁਖਬੀਰ ਸਿੰਘ ਬਾਦਲ ਦੀ ਖੈਰ ਨਹੀਂ ਅਗਲੀ ਵਾਰੀ ਉਸਦੀ ਹੋ ਸਕਦੀ ਹੈ ਸ਼੍ਰੀ ਅਕਾਲ ਤਖਤ ਸੈਭ ਤੋਂ ਸੁਖਬੀਰ ਨੂੰ ਪਹਿਲਾਂ ਹੀ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਾ ਹੈ ਅਜੀਤ ਦੇ ਸੰਪਾਦਕੀ ਪੰਜਾਬ ਤੇ ਵੱਧ ਦੇ ਕਰਤੇ ਦਾ ਬੋਝ ਵਿੱਚ ਅਖਬਾਰ ਦੀ ਪੰਜਾਬ ਸਰਕਾਰ ਵਿਰੋਧੀ ਸੁਰ ਸਾਫ ਨਜ਼ਰੀ ਪੈ ਰਹੀ ਹੈ ਲਿਖਿਆ ਹੈ ਕਿ ਵਿੱਤ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਲੀਹੋਂ ਲੈ ਚੁੱਕੀ ਹੈ ਤੇ ਹੁਣ ਇਸ ਦਾ ਲੀਤੇ ਆਉਣਾ ਔਖਾ ਹੋ ਰਿਹਾ ਹੈ ਹੁਣ ਪੰਚਾਇਤੀ ਚੋਣਾਂ ਦੇ ਮਾਮਲੇ ਤੇ ਅਖਬਾਰ ਦੀ ਸੁਰ ਸਰਕਾਰ ਪੱਕੀ ਹੋ ਨਿਬੜੀ ਹੈ ਪਿਛਲੇ ਸਮੇਂ ਦੌਰਾਨ ਅਖਬਾਰਾਂ ਦੇ ਪੰਨੇ ਅਜੀਆਂ ਖਬਰਾਂ ਨਾਲ ਭਰੇ ਰਹੇ ਕਿ ਆਪ ਸਰਕਾਰ ਨੇ ਇਹਨਾਂ ਚੋਣਾਂ ਵਿੱਚ ਕਿੰਨੀ ਮਨਵਰਤਰੀ ਕੀਤੀ ਅਜੀਤ ਆਪਣੇ ਸੰਪਾਦਕੀ ਪੰਚਾਇਤੀ ਚੋਣਾਂ ਲਈ ਉੱਛਾ ਵਿੱਚ ਲਿਖਦਾ ਹੈ ਕਿ अनेका ਗਿਲੇਆਂ ਸ਼ਿਕਵਿਆਂ ਦੇ ਬਾਵਜੂਦ ਚੋਣਾਂ ਅਮਨ ਅਮਾਨ ਨਾਲ ਹੋ ਗਈਆਂ ਇਸ ਸੰਪਾਦਕੀ ਛਪਿਆ ਵੀ ਵਰਜਿੰਦਰ ਸਿੰਘ ਹਮਦਰਦ ਦੇ ਨਾਟ ਹੈ ਗੌਂਡੀ ਰਾਜ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੀਜੀ ਵਾਰ ਬਣ ਤੇ ਅਜੀਤ ਪੰਜਾਬੀ ਟ੍ਰਿਬਿਊਨ ਤੇ ਜਗ ਬਾਣੀ ਦੀਆਂ ਟਿੱਪਣੀਆਂ ਆਈਆਂ ਹਨ ਅਜੀਤ ਨੇ ਆਪਣੇ ਸੰਪਾਦਕੀ ਤੀਸਰੀ ਵਾਰ ਦਾ ਸੰਦੇਸ਼ ਵਿੱਚ ਮੋਦੀ ਪੱਖੀ ਸੁਰ ਲਾਪਦਿਆਂ ਇਸ ਨੂੰ ਨਰਿੰਦਰ ਮੋਦੀ ਦੀ ਮਜ਼ਬੂਤ ਪਕੜ ਨਾਲ ਜੋੜਿਆ ਹੈ ਹਾਲਾਂਕਿ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਤੀਸਰੀ ਵਾਰ ਜਿੱਤ ਕਾਂਗਰਸ ਦੀ ਨਲਾਇਕੀ ਅਤੇ ਕੁਝ ਹੋਰ ਕਾਰਨਾ ਕਰਕੇ ਹੋਈ ਹੈ ਇਸ ਅਖਬਾਰ ਦੀ ਆਗਾਸਲਾ ਦੇਖੋ ਕਿ ਹੁਣ ਕੇਂਦਰ ਦੀ ਮਦਦ ਨਾਲ ਰਾਜ ਵਿੱਚ ਵਿਕਾਸ ਦੀ ਆਸ ਬਚ ਗਈ ਹੈ ਇੱਥੇ ਹੀ ਬਸ ਨਹੀਂ ਕੀਤੀ ਗਈ ਸਗੋਂ ਲਿਖਿਆ ਕਿ ਜੇ ਵਿਕਾਸ ਤੇਜ਼ੀ ਨਾਲ ਅੱਗੇ ਵਧੇਗਾ ਤਾਂ ਇਹ ਭਾਰਤੀ ਜਨਤਾ ਪਾਰਟੀ ਦੀ ਪ੍ਰਾਪਤੀ ਹੋਏਗੀ ਇਹ ਸ਼ੁਭ ਸ਼ਬਦ ਵੀ ਬਰਜਿੰਦਰ ਸਿੰਘ ਹਮਦਰਦ ਦੀ ਕਲਮ ਤੋਂ ਨਿਕਲੇ ਹਨ ਜਗਬਾਣੀ ਨੇ ਆਪਣੇ ਸੰਪਾਦਕੀ ਵਿੱਚ ਇਸ ਨੂੰ ਇਤਿਹਾਸ ਰਚਨ ਨਾਲ ਜੋੜਿਆ ਹੈ ਅਤੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਮਨੋਹਰ ਲਾਲ ਖੱਟੜ ਤੋਂ ਨੈヴ ਸੈਣੀ ਤੱਕ ਤਜਰਬਾ ਸਫਲ ਰਿਹਾ ਹੈ ਅਖਬਾਰ ਨੂੰ ਸੌਚੁਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਰੱਖਿਆ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਾ ਪ੍ਰਧਾਨਨਾ ਵੀ ਇਤਿਹਾਸਿਕ ਕਰ ਜਾਪਿਆ ਨਾਲ ਹੀ ਮਜ਼ਬੂਤ ਕਾਂਗਰਸ ਬੇਰੂਨਜ਼ ਦਾ ਰੀਰ ਪ੍ਰਸਤਾਵਿਤ ਮਾਮਲੇ ਤੇ ਕਾਨੂੰਨ ਵਿਵਸਥਾ ਵਰਗੀਆਂ ਚੁਣੌਤੀਆਂ ਗਿਣਾਈਆਂ ਹਨ ਪੰਜਾਬੀ ਟ੍ਰਿਬਿਊਨ ਨੇ ਇਸ ਮਸਲੇ ਤੇ ਆਪਣੇ ਸੰਪਾਦਕੀ ਨੈਵ ਸੈਣੀ ਦੀ ਵਾਪਸੀ ਵਿੱਚ ਸਿਰਫ ਖਾਣਾ ਪੂਰਤੀ ਕੀਤੀ ਜਾਂਦੀ ਹੈ ਅਤੇ ਸਰਕਾਰ ਦਾ ਮੁਢਲਾ ਮੰਤਵ ਵਾਦਿਆਂ ਦੀ ਪੂਰਤੀ ਕਰਨ ਨੂੰ ਦੱਸਿਆ ਸੰਪਾਦਕੀ ਚ ਅੰਤਰ ਜਾਤੀ ਤੇ ਖੇਤਰੀ ਸੰਤੁਲਨ ਬਣਾਉਣ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰਦੀ ਪਾਕਿਸਤਾਨ ਯਾਤਰਾਵਾਰੀ ਸੰਬਾਦਕੀ ਟਿੱਪਣੀ ਅਜੀਤ ਪੰਜਾਬੀ ਟਰਬਿਊਨ ਤੇ ਜਗ ਬਾਣੀ ਵੱਲੋਂ ਆਈਆਂ ਹਨ। ਇਹਨਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦਾ ਵਿਸਤਾਰ ਸਹਿਤ ਖੁਲਾਸਾ ਹੋਇਆ ਹੈ। ਪੰਜਾਬੀ ਟਰਬਿਊਨ ਨੇ ਜੈ ਸ਼ੰਕਰ ਦੀ ਪਾਕਿਸਤਾਨ ਫੇਰੀ ਸਰਲੇਖੇਟ ਲਿਖਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਪਿਛਲੇ ਸਮੇਂ ਤੋਂ ਲਗਾਤਾਰ ਕਸ਼ਮਕਸ਼ ਰਹਿਣ ਦੇ ਬਾਵਜੂਦ ਪਰਦੇ ਪਿੱਛੇ ਚਲਾਈ ਜਾ ਰਹੀ ਕੂਟਨੀਤੀ ਲਾਹੇਵੰਦ ਰਹੀ ਹੈ ਇਸ ਫੇਰੀ ਨਾਲ ਖੜੋਤ ਟੁੱਟਣ ਦੀਆਂ ਸੰਭਾਵਨਾਵਾਂ ਵਧੀਆਂ ਹਨ ਲਿਖਿਆ ਹੈ ਕਿ ਪਾਕਿਸਤਾਨ ਦੀ ਬਿਰਤੀ ਪ੍ਰੋਸਾ ਤੋੜਨ ਵਾਲੀ ਰਹੀ ਹੈ ਹੁਣ ਗੇਂਦ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਦੇ ਪਾਰ ਹੀ ਵਿੱਚ ਹੈ ਜਿਸ ਉੱਤੇ ਫੌਜ ਦਾ ਪੂਰਾ ਪਾਰ ਹੈ ਅਜੀਤ ਨੇ ਆਪਣੇ ਸੰਪਾਦਕੀ ਅੰਦਰ ਇਹ ਗੱਲ ਉਚੇਚੀ ਨੋਟ ਕੀਤੀ ਹੈ ਕਿ ਸ਼ੰਘਾਈ ਸਮਾਗਮ ਦੌਰਾਨ ਪਾਕਿਸਤਾਨ ਨੇ ਕਸ਼ਮੀਰ ਦਾ ਕੋਈ ਜ਼ਿਕਰ ਨਹੀਂ ਕੀਤਾ ਇਸ ਸੱਚ ਕਿ ਪਿਛਲੇ ਕੁਝ ਸਾਲਾਂ ਦੌਰਾਨ ਪਾਕਿਸਤਾਨੀ ਫੌਜ ਦਾ ਰਵਈਆ ਵੀ ਕੁਝ-ਕੁਝ ਬਦਲਿਆ ਪ੍ਰਤੀਤ ਹੁੰਦਾ ਹੈ ਇਸ ਦਾ ਵੱਡਾ ਕਾਰਨ ਪਾਕਿਸਤਾਨ ਦੀ ਮਾੜੀ ਹਾਲਤ ਹੋ ਸਕਦਾ ਹੈ ਅਖਬਾਰ ਨੇ ਵੀ ਇਸ ਤਾਜ਼ਾ ਸੰਪਰਕ ਵਿੱਚੋਂ ਸੰਭਾਵਨਾਵਾਂ ਬਨ ਅਤੇ ਖਿੱਤੇ ਦੇ ਵਿਕਾਸ ਬਾਰੇ ਟਿੱਪਣੀ ਕੀਤੀ ਹੈ ਜਗਬਾਣੀ ਦਾ ਸਾਰਾ ਜ਼ੋਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਦਿੱਤੇ ਬਿਆਨਾਂ ਦੁਆਲੇ ਲੱਗ ਗਿਆ ਹੈ ਨਵਾਜ਼ ਸ਼ਰੀਫ ਨੇ 75 ਸਾਲ ਗੁਆਉਣ ਵਾਲਾ ਜਿਹੜਾ ਬਿਆਨ ਦਿੱਤਾ ਹੈ ਅਖਬਾਰ ਨੇ ਉਸ ਨੂੰ ਨਵਾਜ਼ ਸ਼ਰੀਫ ਦੀ ਸਹੀ ਸੋਚ ਕਰਦਾਨਿਆ ਹੈ ਅਖਬਾਰ ਦੀ ਟਿੱਪਣੀ ਹੈ ਕਿ ਨਵਾਜ਼ ਸ਼ਰੀਫ ਨੇ ਅੱਜ ਜੋ ਗੱਲ ਸਵਕਾਰੀ ਹੈ ਹੁਣ ਉਸ ਨੂੰ ਸੁਧਾਰਨ ਦਾ ਸਮਾਂ ਹੈ ਨਾਲ ਹੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਪ੍ਰਧਾਨ ਮੰਤਰੀ ਭਰਾ ਸ਼ਾਹਬਾਜ਼ ਸ਼ਰੀਫ ਨੂੰ ਵੀ ਇਹ ਗੱਲਾਂ ਸਮਝਾਉ ਵੈਸੇ ਅਸਲੀਅਤ ਇਹ ਹੈ ਕਿ ਪਾਕਿਸਤਾਨ ਵਿੱਚ ਫੌਜ ਦੀ ਮਰਜ਼ੀ ਤੋਂ ਬਗੈਰ ਪਤਾ ਨਹੀਂ ਹਿਲਦਾ ਜੰਮੂ ਕਸ਼ਮੀਰ ਵਿੱਚ ਨਵੀਂ ਸਰਕਾਰ ਬਾਰੇ ਸੰਪਾਦਕੀ ਸਿਰਫ ਜਗਬਾਣੀ ਤੇ ਅਜੀਤ ਨੇ ਲਿਖੇ ਹਨ ਅਜੀਤਾ ਸੰਪਾਦਕੀ ਨਵੀਂ ਸ਼ੁਰੂਆਤ ਬੜਾ ਸਾਧਾਰਨ ਹੈ ਤੇ ਇਸ ਵਿੱਚ ਸਰਕਾਰ ਲਈ ਅਗਨੀ ਪਰਖਿਆ ਦੀ ਗੱਲ ਕੀਤੀ ਗਈ ਹੈ ਪਰ ਜਗਬਾਣੀ ਦੇ ਸੰਪਾਦਕੀ ਵਿੱਚ ਮੋਦੀ ਸਰਕਾਰ ਵਾਲੀ ਸੁਰ ਕੁਝ ਜ਼ਿਆਦਾ ਹੀ ਭਾਰੂ ਹੈ ਉੱਥੇ ਸ਼ਾਂਤੀ ਦਾ ਸੇਰਾ ਉਪਰਾਜਪਾਰ ਮਨੋਸਿਨਾਂ ਦੇ ਸਿਰ ਬਣਿਆ ਹੈ ਲਿਖਿਆ ਹੈ ਕਿ ਉਹਨਾਂ ਨੇ ਜੋ ਫੈਸਲੇ ਕੀਤੇ ਉਹ ਸ਼ਾਇਦ ਚੁਣੀ ਹੋਈ ਸਰਕਾਰ ਕਦੇ ਵੀ ਨਾ ਕਰ ਸਕਦੀ ਇਹਨਾਂ ਫੈਸਲਿਆਂ ਵਿੱਚ ਪਿਛਲੇ ਸਾਲ G20 ਸਮੇਲਨ ਕਰਵਾਉਣਾ ਇਸ ਸਾਲ ਮਾਰਚ ਮਹੀਨੇ ਫਾਰਮੂਲਾ 1 ਕਾਰ ਰੇਸ ਕਰਵਾਉਣੀ ਹਰ ਜਗ੍ਹਾ ਤਿਰੰਗਾ ਲਹਿਰਾਉਣਾ 50 ਤੋਂ ਵੱਧ ਮੰਦਰਾਂ ਤੇ ਹੋਰ ਧਾਰਮਿਕ ਸੰਸਥਾਵਾਂ ਦੀ ਮੁੜ ਉਸਾਰੀ ਦੇਸ਼ ਵਿਰੋਧੀ ਮੁਲਾਜ਼ਮਾਂ ਖਿਲਾਫ ਕਾਰਵਾਈ ਸ਼ਾਮਲ ਕੀਤੇ ਗਏ ਹਨ ਖੈਰ ਅਖਬਾਰ ਦੀਆਂ ਹੋਰ ਸੰਪਾਦਕੀਆਂ ਕੁਝ ਕੁ ਨਵੇਕਲੀਆਂ ਚਾਪਦੀਆਂ ਹਨ ਅਖਬਾਰ ਨੇ ਜੇਲ੍ਹ ਵਿੱਚੋਂ ਫਰਾਰ ਹੋਣ ਵਾਲੀ ਕੈਦੀਆਂ ਨਜਾਇਜ਼ ਹਥਿਆਰਾਂ ਦੀਆਂ ਫੈਕਟਰੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ 50 ਫੀਸਦੀ ਵਾਧੇ ਖਾਣ ਵਾਲੀਆਂ ਚੀਜ਼ਾਂ ਵਿੱਚ ਪਿਸ਼ਾਬ ਤੇ ਥੁੱਕ ਮਿਲਾਉਣ ਵਾਲੀਆਂ ਘਟਨਾਵਾਂ ਬਾਰੇ ਆਪਣੀ ਰਾਏ ਪ੍ਰਗਟ ਕੀਤੀ ਹੈ ਪੰਜਾਬੀ ਟ੍ਰਿਬਿਊਨ ਦੀ ਇੱਕ ਨਵੇਕਲੀ ਸੰਪਾਦਕੀ ਬਾਰੇ ਵੀ ਚਰਚਾ ਕਰਨੀ ਬਣਦੀ ਹੈ ਇਹ ਰੌਕਟਾਂ ਦੀ ਮੁੱਢਯੋਗ ਵਰਤੋਂ ਬਾਰੇ ਹੈ ਅਖਬਾਰ ਲਿਖਦਾ ਹੈ ਕਿ ਇਸ ਨਾਲ ਪਲਾੜ ਟੈਕਨਾਲੋਜੀ ਤੇ ਪਲਾੜ ਮਿਸ਼ਨਾਂ ਦੀ ਲਾਗਤ ਘਟੇਗੀ ਅਸਲ ਵਿੱਚ ਇਸ ਮਸਲੇ ਦੀ ਅਸਲ ਗੱਲ ਧਬ ਗਈ ਹੈ ਸੰਪਾਦਕੀ ਵਿੱਚ ਐਲਨ ਮਸਕ ਦਾ ਜ਼ਿਕਰ ਤਾਂ ਹੈ ਪਰ ਇਸ ਪ੍ਰੋਜੈਕਟ ਨਾਲ ਜੁੜੇ ਕਾਰੋਬਾਰ ਦੀ ਚਰਚਾ ਨਹੀਂ ਕੀਤੀ ਗਈ ਐਲਨ ਮਸਕ ਕਨਾਡਾ ਨੂੰ ਪਲਾਇਰ ਸੈਰ ਕਰਵਾਉਣ ਬਾਰੇ ਪਹਿਲਾਂ ਹੀ ਕਹਿ ਚੁੱਕਾ ਹੈ ਅਤੇ ਇਹ ਪ੍ਰੋਜੈਕਟ ਉਸੇ ਪ੍ਰੋਜੈਕਟ ਦਾ ਹਿੱਸਾ ਹੈ ਪੰਜਾਬੀ ਟ੍ਰਿਬਿਊਨ ਜਦੋਂ ਪ੍ਰਯੰਕਾ ਦੀ ਪਾਰੀ ਸੰਪਾਦਕੀ ਲਿਖਦਾ ਹੈ ਤਾਂ ਇਸ ਦਾ ਕਾਂਗਰਸ ਪ੍ਰਤੀ ਨਰਮ ਗੋਸ਼ਾ ਵੀ ਜ਼ਾਹਿਰ ਹੋ ਜਾਂਦਾ ਹੈ ਅਰਥ ਸ਼ਾਸਤਰ ਦਾ ਨੋਬਲ ਵਿੱਚ ਇੱਕ ਖੋਜ ਦਾ ਜ਼ਿਕਰ ਕੀਤਾ ਗਿਆ ਕਿ ਕੁਝ ਦੇਸ਼ ਦੂਜੇ ਦੇਸ਼ਾਂ ਤੋਂ ਕੋਸ਼ਹਾਲ ਤੇ ਅਮੀਰ ਕਿਉਂ ਹਨ ਵਾਕਈ ਇਹ ਦਿਲਚਸਪ ਵਿਸ਼ਾ ਹੈ ਜਿਸ ਬਾਰੇ ਚਰਚਾ ਸਿਰਫ ਪੰਜਾਬੀ ਟ੍ਰਿਬਿਊਨ ਨੇ ਹੀ ਕੀਤੀ ਹੈ ਉਧਰ ਜਿੰਨੇ ਵੀ ਮਸਲੇ ਵਿਚਾਰੀ ਗਏ ਹਨ ਨਵਾਂ ਜ਼ਮਾਨਾ ਨੇ ਇਹਨਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਐਸ ਕੀ ਇਸ ਤੇ ਸਾਰੇ ਸੰਪਾਦਕੀਆਂ ਦੀ ਸੁਰ ਮੋਦੀ ਸਰਕਾਰ ਫਿਰਕੂ ਹਿੰਸਾ ਦਲਿਤਾ ਨਾਲ ਵਿਤਕਰੇ ਆਦ ਨਾਲ ਸੰਬੰਧਿਤ ਹੈ ਲੰਕੇਸ਼ ਤੇ ਕਾਤਲਾਂ ਦਾ ਸਵਾਗਤ ਵਿੱਚ ਪੱਤਰਕਾਰ ਗौरी ਲੰਕੇਸ਼ ਕਤਲ ਕੇਸ ਤੇ ਮੁੱਖ ਮਲਜ਼ਮਾ ਨੂੰ ਜ਼ਮਾਨਤ ਮਿਲ ਅਤੇ ਇਹਨਾਂ ਦੀ ਰਿਹਾਈ ਤੋਂ ਬਾਅਦ ਗਲਾਂ ਵਿੱਚ ਹਾਰ پا ਕੇ ਸਵਾਗਤ ਕਰਨ ਬਾਰੇ ਜ਼ਿਕਰ ਹੈ ਇਹ ਲੋਕ ਸਨਾਤਨ ਸੰਸਥਾ ਦੇ ਮੈਂਬਰ ਹਨ ਇਹ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਉਸੇ ਸਿਆਸਤ ਦੀ ਛਲਕ ਹੈ ਜਿਸ ਵਿੱਚ ਬਲਾਤਕਾਰੀਆਂ ਨੂੰ ਵੀ ਸਜ਼ਾ ਤੋਂ ਛੋਟ ਦੇ ਦਿੱਤੀ ਜਾਂਦੀ ਹੈ ਆਜਪੀ ਡਾਕਟਰ ਵਿੱਚ ਵੀ ਭਾਜਪਾ ਆਗੂਆਵਾਰੀ ਕਈ ਖਰਾਸੇ ਹਨ ਜਿਹੜੇ ਗੈਰ ਵਿਗਿਆਨਕ ਗੱਲਾਂ ਰਹੀਂ ਆਮ ਜਨਤਾ ਨੂੰ ਗੁੰਮਰਾਹ ਕਰਦੇ ਹਨ ਇਸ ਦੀ ਇੱਕੋ ਮਿਸਾਲ ਦੇਣੀ ਬਹੁਤ ਹੋਵੇਗੀ ਭਾਜਪਾ ਆਗੂ ਅਫਸਰ ਕੇ ਗਊਸ਼ਾਲਾ ਦੀ ਸਫਾਈ ਕਰਕੇ ਉਥੇ ਲੇਟ ਜਾਓ ਕੈਂਸਰ ਵਰਗਾ ਨਾਮਰਾਦ ਰੋ ਖਤਮ ਹੋ ਜਾਵੇਗਾ ਅخبار ਦੀ ਟਿੱਪਣੀ ਹੈ ਕਿ ਇਹ ਉਸ ਵੱਡੇ ਆਗੂ ਦੀ ਪਾਰਟੀ ਦੇ ਆਗੂਆਂ ਦੇ ਬਿਆਨ ਹਨ ਜੋ ਦੇਸ਼ ਨੂੰ ਚੰਦ ਤੱਕ ਲੈ ਜਾਣ ਦੇ ਦਾਅਵੇ ਕਰਦਾ ਫਿਰਦਾ ਹੈ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਹੈ ਮਾਹਰੂਫ ਰਵਾਨ ਵਿੱਚ ਵਿੱਦਿਅਕ ਅਦਾਰਿਆਂ ਲਈ ਜਾਰੀ ਨੋਟੀਫਿਕੇਸ਼ਨ ਦਾ ਜ਼ਿਕਰ ਹੈ ਇਸ ਵਿੱਚ ਸਰਕਾਰ ਦੀ ਆਲੋਚਨਾ ਕਰਨ ਬਾਰੇ ਮੁਲਾਜ਼ਮਾ ਖਿਲਾਫ ਸ਼ਿਕੰਜਾ ਕਸਨ ਦੀ ਗੱਲ ਹੈ ਭਾਵ ਜ਼ਬਾਨਬੰਦੀ ਲਈ ਇੱਕ ਹੋਰ ਹਮਲਾ ਬੈਰਾਚ ਦੀ ਫਿਰਕੂ ਹਿੰਸਾ ਵਿੱਚ ਯੂਪੀ ਸਰਕਾਰ ਦੀ ਫਿਰਕੂ ਹਿੰਸਾ ਭੜਕਾਉਣ ਵਾਲੀ ਨੀਅਤ ਦਾ ਖੁਲਾਸਾ ਹੈ ਯੂਪੀ ਵਿੱਚ ਧਰਮ ਅਤੇ ਤਿਉਹਾਰਾਂ ਦਾ ਜਿਸ ਤਰ੍ਹਾਂ ਸਿਆਸੀਕਰਨ ਕੀਤਾ ਗਿਆ ਉਸ ਦੇ ਹੱਥ ਕੇ ਨਤੀਜਿਆਂ ਦਾ ਜ਼ਿਕਰ ਖੁੱਲਕੇ ਕੀਤਾ ਗਿਆ ਹੈ ਅਖਬਾਰ ਨੇ ਸੁਪਰੀਮ ਕੋਰਟ ਕੰਪਲੈਕਸ ਵਿੱਚ ਨ્યાਦੀ ਦੇਵੀ ਦੀ ਮੂਰਤੀ ਬਦਲਣ ਬਾਰੇ ਟਿੱਪਣੀ ਕਰਦਿਆਂ ਸਵਾਲ ਕੀਤਾ ਕਿ ਸੂਰਤਾਂ ਬਦਲੀ ਪਰ ਸਿਰਤ ਕਦੋਂ ਬਦਲੇਗੀ ਅਖਬਾਰ ਨੇ ਅਦਾਲਤਾਂ ਵਿੱਚ ਜੱਜਾਂ ਦੀ ਗਿਣਤੀ ਬਾਰੇ ਜੋ ਅੰਕੜੇ ਪੇਸ਼ ਕੀਤੇ ਹਨ ਉੱਚ ਕੋਣ ਵਾਲੇ ਹਨ ਹੀਟ ਲੀਆਂ ਅਦਾਲਤਾਂ ਵਿੱਚ ਜੱਜਾਂ ਦੇ 5388 ਅਹੁਦੇ ਖਾਲੀ ਹਨ ਅਤੇ ਇਨ੍ਹਾਂ ਅਦਾਲਤਾਂ ਵਿੱਚ ਬਕਾਇਆ ਕੇਸਾਂ ਦੀ ਗਿਣਤੀ 5 ਕਰੋੜ ਤੋਂ ਉੱਪਰ ਹੈ। ਪੌਣੇ 2 ਲੱਖ ਕੇਸ ਤਾਂ 30 ਸਾਲ ਪੁਰਾਣੇ ਹਨ। ਨੀਤੀ ਆਯੋਗ ਦੀ ਪੁਰਾਣੀ ਰਿਪੋਰਟ ਕਹਿੰਦੀ ਹੈ ਕਿ ਜੇ ਕੰਮ ਇਸੇ ਹਿਸਾਬ ਨਾਲ ਚੱਲਿਆ ਤਾਂ ਕੇਸ ਨਿਵੇੜਨ ਵਿੱਚ ਸਵਾ 3 ਸਦੀਆਂ ਲੱਗ ਜਾਣਗੀਆਂ। ਪੰਜਾਬ ਸਰਕਾਰ ਦੇ ਨਵੇਂ ਵਿੱਚ ਸਲਾਹਕਾਰ ਹਰਬਿੰਦ ਮੋਤੀ ਨੇ ਜਿਹੜੀਆਂ ਪਹਿਲੀਆਂ ਸਲਾਹਾਂ ਪੰਜਾਬ ਸਰਕਾਰ ਨੂੰ ਦਿੱਤੀਆਂ ਹਨ ਉਸ ਬਾਰੇ ਕਿਸੇ ਅਖਬਾਰ ਨੇ ਟਿੱਪਣੀ ਨਹੀਂ ਕੀਤੀ ਅੰਗਰੇਜ਼ੀ ਟਰਬਿਊਨ ਨੇ ਇਸ ਬਾਰੇ ਸੰਪਾਦਕੀ ਲਿਖਿਆ ਪਰ ਪੰਜਾਬੀ ਟਰਬਿਊਨ ਜਿਸ ਦੇ ਤਕਰੀਬਨ ਸਾਰੀ ਸੰਪਾਦਕੀ ਅੰਗਰੇਜ਼ੀ ਟਰਬਿਊਨ ਦੇ ਅਨੁਵਾਦ ਹੁੰਦੇ ਹਨ ਨੇ ਵੀ ਇਹ ਸੰਪਾਦਕੀ ਅਨੁਵਾਦ ਨਹੀਂ ਕੀਤਾ ਆਪਣੀਆਂ ਸਲਾਹਾਂ ਵਿੱਚ ਅਰਵਿੰਦ ਮੋਦੀ ਨੇ ਪੰਜਾਬ ਸਰਕਾਰ ਦੇ ਵਿੱਤੀ ਢਾਂਚੇ ਬਾਰੇ ਬੜੀਆਂ ਅਹਿਮ ਟਿੱਪਣੀਆਂ ਕੀਤੀਆਂ ਹਨ ਇਹਨਾਂ ਵਿੱਚ ਇੱਕ ਵੱਡਾ ਮਾਮਲਾ ਤਰਕ ਸੰਗਤ ਖਰਚਿਆਂ ਦਾ ਹੈ ਨਵੀਂ ਟੈਕਸ ਰੌਂਡ ਦੀ ਸਲਾਹ ਦਿੱਤੀ ਗਈ ਹੈ ਤੇ ਮੁਫਤ ਬਿਜਲੀ ਦੇਣ ਤੇ ਉਂਗਲ ਉਠਾਈ ਹੈ ਦੇਖਦੇ ਹਾਂ ਕਿ ਪੰਜਾਬ ਸਰਕਾਰ ਉਸ ਦੀਆਂ ਸਲਾਹਾਂ ਕਿੰਨੀਆਂ ਕੋ ਮੰਨਦੀ ਹੈ ਤੇ ਨਵਾਂ ਵਿੱਤ ਸਲਾਹਕਰ ਵਿਤੀ ਸੰਕਟ ਨਿਪਟਾਉਣ ਵਿੱਚ ਕੀ ਯੋਗਦਾਨ ਪਾਉਂਦਾ ਹੈ ਕਹਿੰਦੀ ਲੋੜ ਨਹੀਂ ਹੈ ਕਿ ਇਸ ਵਕਤ ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਹੈ ਦੋਸਤੋ ਅਗਲੇ ਹਫਤੇ ਫੇਰ ਮਿਲਾਂਗੇ ਨਵੀਆਂ ਸੰਪਾਦਕੀ ਟਿੱਪਣੀਆਂ ਨਾਲ ਹੁਣ ਇਜਾਜ਼ਤ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ